ਚਮਕੇ ਅੰਬਰਾਂ ਦੇ ਵਿੱਚ ਵਾਂਗ ਤਾਰਿਆਂ, ਮੈਂ ਸਦਾ ਖਾਇਸ਼ੀ ਮੁੱਢ ਤੋਂ ਇੱਕ ਮੰਗਦੀ ਹਾਂ, ਵਾਧਾ ਫੁੱਲਦਾ ਰਹੇ ਸੱਭਿਆਚਾਰ ਸਾਡਾ, ਸਦਾ ਖੈਰ ਇਸੇ ਦੀ ਮੰਗਦੀ ਹਾਂ। ਸੱਭਿਆਚਾਰਕ ਰੰਗਾਂ ਅਤੇ ਸੱਭਿਆਚਾਰਕ ਗੀਤਾਂ ਨਾਲ ਸ਼ਿੰਗਾਰਿਆ ਪ੍ਰੋਗਰਾਮ ਲੋਕ ਰੰਗ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਡੀ ਆਪਣੀ ਰਮਨ ਵੱਲੋਂ। ਦੋਸਤੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹੀ ਰੰਗ ਤੁਹਾਡੇ ਰੂਬਰੂ ਕਰੀਏ ਜੋ ਕਿ ਅਸਲ ਦੇ ਵਿੱਚ ਸਾਡੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਨੇ। ਅਤੇ ਮਾਂ ਕਹਿੰਦੇ ਕਿ ਭਾਵੇਂ ਰੁੱਖਾਂ ਦੀ ਹੋਵੇ, ਭਾਵੇਂ ਕੰਧਾਂ ਦੀ ਹੋਵੇ, ਛਾਂ 'ਤੇ ਛਾਂ ਹੀ ਹੁੰਦੀ ਹੈ। ਕਿਸੇ ਵੀ ਧਰਮ ਦੀ ਹੋਵੇ, ਕਿਸੇ ਵੀ ਮਜ਼ਹਬ ਦੀ ਹੋਵੇ, ਮਾਂ 'ਤੇ ਮਾਂ ਹੀ ਹੁੰਦੀ ਹੈ। ਜਦੋਂ ਮਾਂ ਦੀ ਗੱਲ ਆਉਂਦੀ ਹੈ, ਉਦੋਂ ਸਾਰੀਆਂ ਗੱਲਾਂ ਫਿੱਕੀਆਂ ਪੈ ਜਾਂਦੀਆਂ ਨੇ। ਸੋ ਪ੍ਰੋਗਰਾਮ ਲੋਕ ਰੰਗ ਦਾ ਆਗਾਜ਼ ਕਰਦੇ ਹਾਂ ਜੀ, ਮਾਂ ਦੇ ਨਾਂ ਨਾਲ। ਮਾਂ ਦਾ ਗੀਤ ਤੁਹਾਡੀ ਝੋਲੀ ਦੇ ਵਿੱਚ ਪਾ ਰਿਹਾ ਸਾਡਾ ਗਾਇਕ ਪਾਲੀ ਦੇਤਵਾਲੀ। ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਜਾਵਣੀ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਤੁਰ ਜਾਵਣੀ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਜਗਤੇ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਆਪੇ ਉੱਠਣਾ
ਦੀਆਂ ਬੁੱਕਲਾਂ ਵਰਗੀਆਂ, ਮਾਵਾਂ ਦੀਆਂ ਬੁੱਕਲਾਂ ਵਰਗੀਆਂ ਥਾਵਾਂ ਲੱਭਦੀਆਂ ਨਹੀਂ। ਤੁਰ ਜਾਵਣੀ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣੀ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਕਰ ਲੈ ਮਾਂ ਦੀ ਸੇਵਾ ਜੇ ਰੱਬ ਪਾਉਣਾ ਏ, ਬੀਤਿਆ ਵੇਲਾ ਮੁੜ ਕੇ ਹੱਥ ਨਾ ਆਉਣਾ ਏ। ਕਹਿਣ ਸਿਆਣੇ ਮਾਂ ਬਿਨਰਾਵਾਂ ਲੱਭਦੀਆਂ ਨਹੀਂ। ਤੁਰ ਜਾਵਣੇ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਮਾਵਾਂ ਲੱਭਦੀਆਂ ਨਹੀਂ, ਮਾਵਾਂ ਲੱਭਦੀਆਂ ਨਹੀਂ, ਮਾਵਾਂ ਲੱਭਦੀਆਂ। ਦੋਸਤੋ, ਜ਼ਿੰਦਗੀ ਦੀ ਸੱਚਾਈ ਇਹ ਹੈ ਕਿ ਸਦਾ ਹੀ ਕਦੇ ਵੀ ਕਿਸੇ ਬੰਦੇ ਦੀ ਚੜ੍ਹਾਈ ਨਹੀਂ ਰਹਿੰਦੀ ਅਤੇ ਸਦਾ ਗੁੱਡੀਆਂ ਜਿਹੜੀਆਂ ਅੰਬਰਾਂ 'ਤੇ ਚੜ੍ਹੀਆਂ ਨਹੀਂ ਰਹਿੰਦੀਆਂ। ਸਮੇਂ ਦੇ ਨਾਲ ਹਰ ਚੀਜ਼ ਦੇ ਵਿੱਚ ਬਦਲਾਵ ਆਉਂਦਾ ਆ। ਸੋ ਇਸੇ ਗੱਲ ਨੂੰ ਆਪਣੇ ਗੀਤ ਰਾਹੀਂ ਤੁਹਾਡੇ ਸਾਹਮਣੇ ਰੱਖ ਰਿਹਾ ਜੀ ਸਾਡਾ ਗਾਇਕ ਪਾਲੀ ਦੇਤਵਾਲੀਆ। ਆਪਣੇ ਹੰਝੂਆਂ ਦਾ ਤੇ ਦਿਲ ਦੇ ਸ਼ੀਸ਼ੇ ਦੀ ਮੈਲ ਉਤਾਰਿਆ ਕਰ। ਤੂੰ ਦੱਸਦਾ ਹੰਕਾਰ ਦੱਸੀ ਨੀ ਮਾਂ, ਗੱਲ ਗੱਲ ਤੇ ਨਾ ਹੰਕਾਰਿਆ ਕਰ। ਇੱਜ਼ਤ ਆਪਣੀ ਆਪਣੇ ਹੱਥ ਹੁੰਦੀ, ਚਾਦਰ ਦੇਖ ਕੇ ਪੈਰ ਪਸਾਰਿਆ ਕਰੇ। ਬੰਦਿਆ ਮੇਲਾ ਏ ਚਾਰ ਦਿਨਾਂ ਦਾ, ਸਿੱਖ ਲੈ
ਚਾਲ ਸਮੇਂ ਦੀ ਕਹਿੰਦੀ ਹੈ ਕੁਛ ਆਪਾਂ ਵੀ ਵੱਲ ਛਲ ਕਰੀਏ, ਪਰ ਦਿਲ ਕਹਿੰਦਾ ਹੈ ਬੰਦੇ ਕੋਈ ਬੰਦਿਆਂ ਵਾਲੀ ਗੱਲ ਕਰੀਏ। ਪਰ ਬੰਦਿਆਂ ਵਾਲੀ ਗੱਲ ਤਾਂ ਜੀ ਇਹ ਹੈ ਜੀ, ਸਾਨੂੰ ਸਮੇਂ ਦੇ ਨਾਲ ਚੱਲਣਾ ਚਾਹੀਦਾ ਆ, ਜਿਵੇਂ ਜਿਵੇਂ ਸਮਾਂ ਚੱਲਦਾ ਆ ਉਸੇ ਤਰ੍ਹਾਂ ਸਾਨੂੰ ਵੀ ਚੱਲਣਾ ਚਾਹੀਦਾ। ਸੋ ਇਸੇ ਸਮੇਂ ਦੀ ਗੱਲ, ਸਮੇਂ ਦੇ ਨਾਲ ਜੁੜੀ ਹੋਈ ਗੱਲ ਕਰ ਰਹੀ ਹੈ ਜੀ ਸਾਡੀ ਗਾਇਕ ਜੋੜੀ ਪਾਲੀ ਦੇਤਵਾਲੀਆ ਅਤੇ ਰਾਜ ਗੁਲਜ਼ਾਰ। ਦੇ ਦਵਾ
ਆਪਣਾ ਸੱਭਿਆਚਾਰ ਨਾਜਰਾ ਦੇਖ ਦੇਖ ਕੇ ਦੁਨੀਆ ਮਨ ਸਮਝਾਉਣਾ ਪੈਂਦਾ ਏ ਦੇਖ ਦੇਖ ਕੇ ਦੁਨੀਆ ਮਨ ਸਮਝਾਉਣਾ ਪੈਂਦਾ ਏ ਉਹ ਸੋਚਾਂ ਦੇ ਵਿੱਚ ਦੀ ਪੋਏ ਵਕਤ ਲੰਘਾਉਣਾ ਪੈਂਦਾ ਏ ਉਲਝ ਗਈ ਸਭ ਤਾਣੀ ਉਲਝ ਗਈ ਸਭ ਤਾਣੀ ਨਾ ਕੱਲਾ ਤੰਦ ਪਿਛਣੀਏ ਨੀ ਸੱਭਿਆਚਾਰ ਤਾਂ ਉਹੀ ਬਦਲ ਗਏ ਢੰਗ ਪਿਛਣੀਏ ਨੀ ਸੱਭਿਆਚਾਰ ਤਾਂ ਉਹੀ ਬਦਲ ਗਏ ਢੰਗ ਪਿਛਣੀਏ ਨੀ ਦੱਸ ਕਿੱਥੇ ਤੁਰ ਗਿਆ ਆਪਣਾ ਸੱਭਿਆਚਾਰ ਨਾਜਰਾ ਵੇ ਸੱਭਿਆਚਾਰ ਤਾਂ ਉਹੀ ਬਦਲ ਗਏ ਢੰਗ ਪਿਛਣੀਏ ਨੀ ਮੈਨੂੰ ਪਿੰਡ ਦੇ ਪਿੱਪਲ ਬੋੜ ਚੁਬਾਰੇ ਨਹੀਂ ਭੁੱਲਦੇ ਲਜਵਾਲੀ ਪੀਂਘ ਤੇ ਲਏ ਹੁਲਾਰੇ ਨਹੀਂ ਭੁੱਲਦੇ ਮੈਨੂੰ ਕਦੇ ਨਹੀਂ ਭੁੱਲਣੀ ਰੁੱਤ ਕਣਕ ਤੇ ਛੱਲੀਆਂ ਦੀ ਮੇਰੇ ਕੰਨਾਂ ਵਿੱਚ ਟਣਕਾਰ ਬਲਦ ਦੀਆਂ ਟੱਲੀਆਂ ਦੀ ਦੋਸਤੋ ਆਪਣਾ ਪਿੰਡ ਹਮੇਸ਼ਾ ਆਪਣਾ ਹੀ ਹੁੰਦਾ ਹੈ ਅਤੇ ਆਪਣਾ ਪਿੰਡ ਆਪਣੀ ਮਾਂ ਵਰਗਾ ਲੱਗਦਾ ਆ ਕਿਉਂਕਿ ਜਿੱਥੇ ਮਾਂ ਹੁੰਦੀ ਹੈ ਸਾਡਾ ਸਾਰਾ ਕੁਛ ਉੱਥੇ ਹੀ ਹੁੰਦਾ ਆ ਸੋ ਆਪਣਾ ਪਿੰਡ ਸਾਡੇ ਲਈ ਕੀ ਅਹਿਮੀਅਤ ਰੱਖਦਾ ਆ ਆਪਣੇ ਗੀਤ ਰਾਹੀਂ ਦਰਸਾ ਰਿਹਾ ਜੀ ਸਾਡਾ ਗਾਇਕ ਪਾਲੀ ਦੇਤਵਾਲੀਆ ਮੇਰਾ ਪਿੰਡ ਮੈਂ
ਕਹਿੰਦੇ ਰੰਗ ਬਿਰੰਗੀ ਦੁਨੀਆ ਵਿੱਚ ਰੰਗਾਂ ਦੇ ਮੇਲੇ, ਹਾਣ ਨੂੰ ਹਾਣ ਪਿਆਰਾ ਇੱਥੇ ਦਿਲ ਮਿਲਿਆਂ ਦੇ ਮੇਲੇ, ਵੇਦੋ ਗੱਲਾਂ ਕਰੀਏ ਸਬੱਬੀ ਹੋ ਗਏ ਮੇਲੇ। ਇਹ ਮੇਲਾ ਜ਼ਿੰਦਗੀ ਦਾ ਜੀ ਇਸੇ ਤਰ੍ਹਾਂ ਚੱਲਦਾ ਰਹਿਣਾ, ਕੋਈ ਆਉਂਦਾ ਆ ਕੋਈ ਚੱਲਿਆ ਜਾਂਦਾ ਆ, ਪਰ ਮੇਲਾ ਤਾਂ ਮੇਲਾ ਹੀ ਹੈ, ਭਾਵੇਂ ਉਹ ਸਾਡਾ ਕਿਸੇ ਦੇ ਨਾਲ ਹੋਵੇ ਭਾਵੇਂ ਜ਼ਿੰਦਗੀ ਦਾ ਹੋਵੇ। ਸੋ ਮੇਲਾ ਚਾਰ ਦਿਨਾਂ ਦਾ, ਇਹੀ ਗੀਤ ਪੇਸ਼ ਕਰ ਰਿਹਾ ਜੀ ਪਾਲੀ ਦੇਤਵਾਲੀ।
ਦੋਸਤੋ, ਪਤੀ ਪਤਨੀ ਦਾ ਰਿਸ਼ਤਾ ਅਜਿਹਾ ਹੈ ਜਿਸ ਰਿਸ਼ਤੇ ਦੇ ਵਿੱਚ ਅਥਾਹ ਹੀ ਪਿਆਰ ਹੁੰਦਾ ਅਤੇ ਨੋਕ ਝੋਕ ਵੀ ਜ਼ਰੂਰ ਹੁੰਦੀ ਹੈ। ਕਿਸੇ ਨੇ ਸੱਚ ਹੀ ਕਿਹਾ ਕਿ ਜਿੱਥੇ ਪਿਆਰ ਹੁੰਦਾ ਅਤੇ ਉੱਥੇ ਲੜਾਈ ਝਗੜਾ ਵੀ ਹੁੰਦਾ, ਜਿੱਥੇ ਲੜਾਈ ਝਗੜਾ ਨਹੀਂ ਹੁੰਦਾ ਉੱਥੇ ਪਿਆਰ ਨਹੀਂ ਹੁੰਦਾ। ਸੋ ਮਿੱਠੀ ਮਿੱਠੀ ਨੋਕ ਝੋਕ ਪਤੀ ਪਤਨੀ ਦੇ ਪਿਆਰ ਦੀ ਆਪਣੇ ਗੀਤ ਰਾਹੀਂ ਤੁਹਾਡੇ ਰੂਬਰੂ ਕਰ ਰਹੀ ਹੈ ਜੀ ਸਾਡੀ ਗਾਇਕ ਜੋੜੀ ਪਾਲੀ ਦੇਤਵਾਲੀਆ ਅਤੇ ਰਾਜ ਗੁਲਜ਼ਾਰ। ਕੁੰਜੀਆਂ ਤੂੰ ਰੱਖ ਲਈ ਸਰਾਣੇ ਹਾਏ, ਮੈਂ ਚੱਲੀ ਪੇਕਿਆਂ ਨੂੰ ਵੇਆ ਲੈ। ਕੁੰਜੀਆਂ ਤੂੰ ਰੱਖ ਲਈ ਸਰਾਣੇ ਹਾਏ, ਮੈਂ ਚੱਲੀ ਪੇਕਿਆਂ ਨੂੰ। ਮੈਨੂੰ ਲਿਖ ਕੇ ਬਿਆਨ ਤੇ ਜਾ ਥਾਣੇ, ਜੇ ਤੂੰ ਚੱਲੀ ਪੇਕਿਆਂ ਨੂੰ ਨੀ। ਮੈਨੂੰ ਲਿਖ ਕੇ ਬਿਆਨ ਤੇ ਜਾ ਥਾਣੇ, ਜੇ ਤੂੰ ਚੱਲੀ ਤੂੰ ਰੱਖ ਲਈ ਸਹਰਾਣੇ ਹਾਏ, ਮੈਂ ਚੱਲ।
ਨੱਚ ਨੱਚ ਕੇ ਧਮਾਲਾਂ ਪਾਵਾਂਗੇ, ਆਪ ਨੱਚਾਂਗੇ, ਤੁਹਾਨੂੰ ਵੀ ਨਚਾਵਾਂਗੇ। ਸੋ ਲੋਕ ਰੰਗ ਪ੍ਰੋਗਰਾਮ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਹਰ ਰੰਗ ਤੁਹਾਨੂੰ ਨਚਾ ਕੇ ਜਾਵੇ, ਹਰ ਰੰਗ ਇੱਕ ਸੁਨੇਹਾ ਤੁਹਾਡੀ ਝੋਲੀ ਦੇ ਵਿੱਚ ਪਾ ਕੇ ਜਾਵੇ। ਸੋ ਪ੍ਰੋਗਰਾਮ ਲੋਕ ਰੰਗ ਦੇ ਵਿੱਚ ਅੱਜ ਅਸੀਂ ਬਹੁਤ ਵਧੀਆ ਕੋਸ਼ਿਸ਼ ਕਰੀਏ ਕਿ ਪਰਿਵਾਰਕ ਗੀਤਾਂ ਦੇ ਨਾਲ ਤੁਹਾਨੂੰ ਅਸੀਂ ਮੰਤਰ ਮੁਗਧ ਕਰ ਦਈਏ, ਹਰ ਰਿਸ਼ਤੇ ਦੇ ਨਾਲ ਜੋੜ ਦਈਏ, ਹਰ ਲੋਕ ਰੰਗ ਤੁਹਾਡੀ ਝੋਲੀ ਦੇ ਵਿੱਚ ਪਾਈਏ। ਸੋ ਮੈਨੂੰ ਲੱਗਦਾ ਕਿ ਅੱਜ ਦਾ ਇਹ ਖਾਸ ਪ੍ਰੋਗਰਾਮ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਜੀ। ਸੋ ਫਿਰ ਮਿਲਾਂਗੇ ਜੀ ਨਵੇਂ ਗੀਤਾਂ ਦੇ ਨਾਲ, ਨਵੇਂ ਬੋਲਾਂ ਦੇ ਨਾਲ। ਸਤਿ ਸ਼੍ਰੀ ਅਕਾਲ।